إنه يعلم الجهر وما يخفى ونيسرك لليسرى. ਵਿਸ਼ਾਲ ਜੀ ਇੱਧਰ ਲੈ ਨਾ ਬਾਈ, ਦੇਖੋ ਸਾਡਾ ਫਰਜ਼ ਬਣਦਾ ਹੈ, ਜਿਹੜਾ ਕੰਸਟੀਟਿਊਸ਼ਨ ਹੈ ਉਹਦੇ ਮੁਤਾਬਕ ਅਸੀਂ ਸਾਰੇ ਬਰਾਬਰ ਹੈ, ਬਰਾਬਰ ਦੇ ਵਰਗਣੇ, ਬਰਾਬਰ ਦਾ ਅਧਿਕਾਰ ਹੈ। ਸੋ ਅੱਜ ਮੈਂ ਇਲੈਕਸ਼ਨ ਦੀ ਸ਼ੁਰੂਆਤ ਜਦੋਂ ਕੀਤੀ ਹੈ 2 ਦਿਨ ਤੋਂ, ਔਰ ਅੱਜ ਨਮਾਜ਼ ਦੇ ਸਮੇਂ ਅਸੀਂ ਫਿਕਸ ਕੀਤਾ ਸੀ, ਇਹੀ ਇਜਾਜ਼ਤ ਮਿਲੀ ਸੀਗੀ ਉਦੋਂ ਆਏ, ਔਰ ਮੈਂ ਆ ਕੇ ਖਾਸ ਬੇਨਤੀ ਕੀਤੀ ਹੈ ਕਿ ਅਸੀਂ ਸਭ ਨੇ ਇਕੱਠਾ ਹੋ ਕੇ ਇਸ ਕੋਨਸਟੀਟਿਊਸ਼ਨ ਦੇ ਅੰਦਰ, ਸੰਵਿਧਾਨ ਦੇ ਅੰਦਰ ਸਾਰੇ ਰਲ ਕੇ ਇਸ ਨਗਰੀ ਦੀ ਵੀ ਸੇਵਾ ਕਰਨੀ ਹੈ, ਮਨੁੱਖਤਾ ਦੀ ਸੇਵਾ ਵੀ ਕਰਨੀ ਹੈ, ਔਰ ਇਹੀ ਸਾਡਾ ਗੁਰੂ ਰਾਮਦਾਸ ਨਗਰੀ ਦਾ ਸੰਦੇਸ਼ ਹੈ। ਜਦੋਂ ਸੰਤ ਮੀਆਂ ਮੀਰ ਜੀ ਨੇ ਨੀਂਹ ਰੱਖੀ ਸੀ, ਇਹਦਾ ਸੰਦੇਸ਼ ਹੀ ਇੱਕ ਸੀ, ਮਾਨਵਤਾ ਮਨੁੱਖਤਾ, ਔਰ ਅਸੀਂ ਮਾਨਵਤਾ ਔਰ ਮਨੁੱਖਤਾ ਨੂੰ ਤਰਜੀਹ ਦੇਣੀ ਹੈ। ਸਾਰੇ ਧਰਮਾਂ ਦਾ ਸਤਿਕਾਰ ਬਰਾਬਰ ਹੈ, ਸਾਰੇ ਵਰਗਾਂ ਦਾ ਸਤਿਕਾਰ ਬਰਾਬਰ ਹੈ, ਔਰ ਇਹੀ ਇੱਕ ਪਿਆਰ ਮੁਹੱਬਤ ਜਿਹੜਾ ਆ ਇਹ ਸਾਡੇ ਦੇਸ਼ ਨੂੰ ਇੱਕ ਤਾਕਤ ਬਖਸ਼ਦਾ ਆ, ਇੱਕ ਸੰਵਿਧਾਨ ਦੀ ਜਿਹੜੀ ਤਾਕਤ ਹੈ ਉਹ ਸਾਡੇ ਇਹਨਾਂ ਵਰਗਾਂ 'ਚ, ਇਹਨਾਂ ਭਾਈਚਾਰਿਆਂ 'ਚ, ਇਹਨਾਂ ਬਹੁ ਭਾਸ਼ਾ 'ਚ, ਇਹਨਾਂ ਬਹੁ ਧਰਮਾਂ ਦੇ ਲੋਕਾਂ ਦੇ ਅੰਦਰ ਮਿਲਦੀ। ਜਦੋਂ ਸਾਂਝੇ ਮਿਲ ਕੇ ਅਸੀਂ ਆਪਸ ਦੇ ਵਿੱਚ ਇਕੱਠੇ ਚੱਲਦੇ ਹਾਂ, ਤਾਂ ਇਹ ਹਿੰਦੁਸਤਾਨ ਜਿਹੜਾ ਭਾਰਤ ਹੈ ਇਹਦੀ ਖੂਬਸੂਰਤ ਤਸਵੀਰ ਤੁਹਾਨੂੰ ਵੇਖਣ ਨੂੰ ਮਿਲਦੀ। ਜਦੋਂ ਵੀ ਆਉਂਦੇ ਤੁਹਾਨੂੰ ਪੂਰਾ ਪਿਆਰ ਮਿਲਦਾ, ਅੱਜ ਵੀ ਤੁਹਾਨੂੰ ਗਲੇ ਮਿਲ ਰਹੇ ਆ, ਪਿੱਛੇ ਵੀ ਤੁਸੀਂ ਆਏ ਸੀ? ਬਸ ਇਹੀ ਆਸ਼ੀਰਵਾਦ ਹੁੰਦੇ ਆ ਜੀ, ਇਹ ਸਾਡੀਆਂ ਤਾਕਤਾਂ ਬਣਦੀਆਂ ਨੇ, ਅਸੀਂ ਕੰਮ ਕਰਦੇ ਹਾਂ ਸ਼ਹਿਰ ਵਾਸਤੇ, ਮਨੁੱਖਤਾ ਵਾਸਤੇ, ਔਰ ਨਿੱਜੀ ਕੰਮ ਹੋਣ, ਸਮਾਜਿਕ ਕੰਮ ਹੋਣ, ਉਹਨਾਂ 'ਤੇ ਅਸੀਂ ਕਈ ਜਗ੍ਹਾ 'ਤੇ ਪਹਿਰਾ ਵੀ ਦਿੰਦੇ ਹਾਂ ਜਿੱਥੇ ਪਹਿਰਾ ਦੇਣ ਦੀ ਲੋੜ ਪੈਂਦੀ ਹੈ, ਕਿਤੇ ਕੋਨਸਟੀਟਿਊਸ਼ਨ ਦੇ ਆਧਾਰ ਦੇ ਹਿਸਾਬ ਨਾਲ ਸ਼ਾਂਤਮਈ ਪ੍ਰਦਰਸ਼ਨਾਂ ਦੀ ਲੋੜ ਪੈਂਦੀ ਆ, ਇਹ ਸਾਡੀਆਂ ਤਾਕਤਾਂ ਨੇ। ਜਦੋਂ ਤਾਕਤਾਂ ਮਿਲਦੀਆਂ ਨੇ ਫਿਰ ਉਹਨਾਂ 'ਤੇ, ਕਿਉਂਕਿ ਸਾਰਾ ਸ਼ਹਿਰ 'ਚ ਨਹੀਂ ਕਿਤੇ ਜਾ ਕੇ ਬਹਿ ਸਕਦਾ ਜੇ ਧਰਨਾ ਦੇਣ ਦੀ ਗੱਲ ਆਵੇ, ਕੋਈ ਮੁਸ਼ਕਲ ਦੀ ਗੱਲ ਆਵੇ। ਸੋ ਇਹ ਤਾਕਤ ਮਗਰ ਹੋਣ ਕਰਕੇ ਫਿਰ ਇਕੱਲੇ ਵੀ ਅਸੀਂ ਭਿੜ ਜਾਂਦੇ ਹਾਂ। ਸੋ ਇਹੀ ਇੱਕ ਤਾਕਤ ਪ੍ਰਦਰਸ਼ਨ ਦੀ ਗੱਲ ਕੀਤੀ ਹੈ, ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਪਰ ਬੀਜੇਪੀ ਵਾਲੇ ਉੱਤੇ ਪੱਥਰ ਬਰਸਾ ਰਹੇ ਨੇ। ਬਹੁਤ ਦੁੱਖ ਦੀ ਗੱਲ ਹੈ, ਸ਼ਾਂਤਮਈ ਪ੍ਰਦਰਸ਼ਨ ਕਰਨਾ ਕੋਨਸਟੀਟਿਊਸ਼ਨ ਨੇ ਅਧਿਕਾਰ ਦਿੱਤਾ ਹੈ, ਤੇ ਕਿਸਾਨ ਤੇ ਕਦੀ ਵੀ ਨਹੀਂ ਉੱਗਰ ਹੋਇਆ। ਅੱਜ 1 ਸਾਲ ਤੁਸੀਂ ਵੇਖੋ ਧਰਨਾ ਦਿੱਤਾ, ਕੋਈ ਵੀ ਉੱਥੇ ਮਾੜੀ ਘਟਨਾ ਨਹੀਂ ਮਿਲੀ, ਉੱਥੇ ਧੀਆਂ ਪੁੱਤ ਵੀ, ਧੀਆਂ ਵੀ, ਭੈਣਾਂ ਵੀ ਇਕੱਠੀਆਂ ਹੋ ਕੇ ਧਰਨਾ ਚਲਾਉਂਦੀ ਸੀ। ਅੱਜ ਵੀ ਧਰਨਾ ਲੰਬਾ ਸਮਾਂ ਸ਼ਾਂਤਮਈ ਧਰਨਾ, ਸਾਡੇ ਪੰਜਾਬ ਦਾ ਇਹ ਕਲਚਰ ਹੈ, ਸੱਭਿਆਚਾਰ ਹੈ ਕਿ ਸਭਨਾਂ ਨੂੰ ਨਾਲ ਲੈ ਕੇ ਚੱਲਣਾ ਔਰ ਸ਼ਾਂਤਮਈ ਰੱਖਣਾ। ਪਰ ਇਹ ਜਿਹੜੀ ਤਾਕਤ ਹੈ ਇਹਨਾਂ ਦੇ ਪਿੱਛੇ, ਇਹਨਾਂ ਤੋਂ ਤਾਕਤ ਦਾ ਨਸ਼ਾ ਹੈ, ਉਹ ਕੋਨਸਟੀਟਿਊਸ਼ਨ ਨੂੰ ਖਤਮ ਕਰਦੇ ਨੇ, ਚਾਹੇ ਪ੍ਰਦੇਸ਼ਾਂ 'ਚ ਹੋਵੇ, ਸਰਕਾਰਾਂ ਤੋੜਤੀਆਂ ਨੇ, ਚਾਹੇ ਧੱਕੇ ਦੇ ਨਾਲ ਲੋਕਾਂ ਨੂੰ ਅੰਦਰ ਕਰਨਾ ਆ। ਇਹ ਇੱਕ ਜਿਹੜਾ ਇਹਨਾਂ ਦੇ ਉੱਤੇ ਸੱਤਾ ਦਾ ਨਸ਼ਾ ਆ, ਉਹੀ ਇਹਨਾਂ ਤੋਂ ਪੱਥਰ ਕਢਾਉਂਦਾ ਹੈ, ਪੱਥਰ ਮਰਵਾਉਂਦਾ ਹੈ। ਪਰ ਮੇਰੀ ਸਭਨਾਂ ਨੂੰ ਅਪੀਲ ਹੈ ਕਿ ਪਿੰਡਾਂ ਦੇ ਵਿੱਚ ਤੁਸੀਂ ਇਕੱਠੇ ਰਹਿਣਾ ਆ, ਇਹਨਾਂ ਤਾਕਤਾਂ ਦੇ ਤੁਸੀਂ ਆਖੇ ਨਾ ਲੱਗੋ, ਸਾਡਾ ਇੱਕ ਸਾਂਝਾ ਭਾਈਚਾਰਾ ਹੈ। ਇਹਨਾਂ ਦੇ 1 ਤਰੀਕ ਨੂੰ ਇਹਨਾਂ ਬੋਰੀਆ ਬਿਸਤਰਾ ਬੰਨ ਲੈਣਾ ਆਪਣਾ, ਇਹਨਾਂ ਕਿਸੇ ਨੇ ਨਹੀਂ ਲੱਭਣਾ ਤੁਹਾਨੂੰ, ਤੁਸੀਂ ਇਕੱਠੇ ਰਹਿਣਾ ਆ। ਤੁਹਾਡੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਸਾਂਝਾਂ ਨੇ, ਵਰਗਾਂ ਦੀਆਂ, ਧਰਮਾਂ ਦੀਆਂ,
ਔਰ ਸਾਰੇ ਜਾਤ ਭਾਈਚਾਰਿਆਂ ਦੀਆਂ ਤੁਸੀਂ ਆਪਣੀਆਂ ਸਾਂਝਾਂ ਇਹਨਾਂ ਇਲਾਕੇ ਖਰਾਬ ਨਹੀਂ ਕਰਨੀਆਂ। ਕਿਸਾਨ ਮਜ਼ਦੂਰ ਦਾ ਇੱਕ ਨੌ ਮਾਸ ਦਾ ਰਿਸ਼ਤਾ ਹੈ ਜਿਹਨੇ ਵੱਡਾ ਸੰਘਰਸ਼ ਆਰੰਭ ਕੇ ਦੇਸ਼ 'ਚ ਸਾਬਤ ਕਰ ਦਿੱਤਾ ਕਿ ਪੰਜਾਬ ਜਿਹੜਾ ਮੋਢੀ ਹੈ, ਜਿਹੜਾ ਮਾਨਵਤਾ ਦੇ ਅਧਿਕਾਰਾਂ ਦਾ ਮੋਢੀ ਹੈ। ਹਮੇਸ਼ਾ ਹੀ ਇੱਥੇ ਜਿਹੜੇ ਸਾਡੇ ਪੁਰਖੇ ਹੋਏ ਨੇ ਉਹ ਜ਼ੁਲਮ ਦੇ ਵਿਰੁੱਧ ਲੜਾਈ ਲੜੇ ਨੇ ਅਤੇ ਪੰਜਾਬ ਉਹਦੀ ਜਿਹੜੀ ਪਹਿਲਾ ਜਿਹੜਾ ਪਾਏਦਾਨ ਪੰਜਾਬ ਨੇ ਤਿਆਰ ਕੀਤਾ ਕੋਨਸਟੀਟਿਊਸ਼ਨ ਨੂੰ ਬਚਾਉਣ ਦਾ, ਔਰ ਮਗਰ ਮਗਰ ਜਿਹੜੀ ਲਹਿਰ ਹੈ ਉਹ ਸਾਰੀਆਂ ਸਟੇਟਾਂ 'ਚ ਵੱਧ ਗਈ ਹੈ। ਔਰ ਇੰਡੀਆ ਅਲਾਇੰਸ ਦੀ ਮੈਨੂੰ ਪਰਮਾਤਮਾ ਮਿਹਰ ਕਰੇ, ਸਰਕਾਰ ਬਣੇਗੀ ਔਰ ਇਹ ਮਸਲੇ ਜਿਹੜੇ ਹੱਲ ਹੋਣ। ਕਿਸਾਨਾਂ ਨੂੰ ਨਹੀਂ ਮਿਲਦਾ ਹੱਕ, ਹੱਲ ਹੱਕ ਨਹੀਂ ਮਿਲਿਆ ਤਾਂ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ। ਜੇ ਇੰਡੀਆ ਦਾ ਗੱਠਜੋੜ ਪੰਜਾਬ ਭਾਰਤ ਦੇ ਵਿੱਚ ਆਉਂਦਾ ਹੈ ਤਾਂ ਕੀ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲੇਗਾ? ਦੇਖੋ, ਅਸੀਂ ਉਹਦੀਆਂ ਲਿਖਤੀ ਤੌਰ ਤੇ ਚੋਣ ਮੈਨੀਫੈਸਟੋ 'ਚ ਦੇ ਦਿੱਤਾ ਵੀ MSP ਸਵਾਮੀਨਾਥਨ ਰਿਪੋਰਟ C2+50% ਉਹ ਲਾਗੂ ਹੋਊਗੀ, ਪਹਿਲੇ ਦਿਨ ਤੋਂ ਲਾਗੂ ਹੋਊਗੀ। ਪਰ ਕੈਪਟਨ ਸਾਹਿਬ ਨੇ ਜਿਹੜੇ ਲਿਖਤੀ ਮੈਨੀਫੈਸਟੋ 'ਚ ਦਿੱਤੇ ਸੀ ਪੰਜਾਬ ਨੂੰ ਵਾਅਦੇ ਕੀਤੇ ਸੀ, ਉਹਦੇ ਲਾਗੂ ਨਹੀਂ ਹੋਏ ਤਾਂ ਫਿਰ ਕਿੱਦਾਂ ਮੰਨ ਸਕਦੇ? ਤਾਂ ਫਿਰ ਪਾਰਟੀ ਨੇ ਵੀ ਕੈਪਟਨ ਸਾਹਿਬ ਨੂੰ ਲਾਂਭੇ ਕਰ ਦਿੱਤਾ ਤੇ ਲੋਕਾਂ ਨੇ ਵੀ ਕਰ ਦਿੱਤਾ, ਪਾਰਟੀ ਨੇ ਵੀ ਕਰਤਾ ਤੇ ਲੋਕਾਂ ਨੇ ਵੀ। ਆਮ ਆਦਮੀ ਪਾਰਟੀ ਵੀ ਵਾਅਦੇ ਕਰ ਚੁੱਕੀ ਆ, ਬਾਕੀ ਉਹ ਵਾਅਦੇ ਪੂਰੇ ਹੋ ਰਹੇ ਨੇ ਜੀ ਆਮ ਆਦਮੀ ਪਾਰਟੀ ਦੇ? ਦੇਖੋ, ਵਾਅਦੇ ਸਭ ਤੋਂ ਵੱਡੀ ਗੱਲ ਹੈ। ਜਿਹੜੀ ਵੀ ਸਰਕਾਰ ਬਣਦੀ ਉਹਦਾ ਕੰਮ ਹੈ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਨ ਮੁਹੱਈਆ ਕਰਾਉਣਾ, ਲਾਅ ਐਂਡ ਆਰਡਰ ਜਿਹੜੇ ਮੁੱਢਲੇ ਸਾਡੇ ਅਧਿਕਾਰ ਨੇ, ਸਾਫ ਸੁਥਰਾ ਪਾਣੀ, ਸਫਾਈ ਹੋਣਾ ਔਰ ਸਾਡੇ ਕਾਨੂੰਨ ਵਿਵਸਥਾ ਠੀਕ ਰੱਖਣੀ, ਤਿੰਨਾਂ ਦੇ ਬੜੀ ਬੁਰੀ ਜਿਹੜੇ ਮੁੱਢਲੇ ਅਧਿਕਾਰ ਹੀ ਨਹੀਂ ਦੇ ਸਕੇ। ਬਾਕੀ ਤਾਂ ਚਲੋ ਬਾਅਦ ਦੀ ਗੱਲ ਹੈ। ਅੱਜ ਤੁਸੀਂ ਵੇਖ ਲਓ, ਸ਼ਹਿਰ ਸਾਰਾ 2 ਸਾਲ ਹੋਈ ਹੈ, ਇਲੈਕਸ਼ਨ ਨਹੀਂ ਹੋਈ, ਕੌਂਸਲਰ ਨਹੀਂ ਹੈਗੇ, ਮੇਅਰ ਨਹੀਂ ਹੈਗਾ। ਅੱਜ ਸਾਰਾ ਸ਼ਹਿਰ ਕੂੜੇ ਨਾਲ ਭਰਿਆ ਪਿਆ, ਸਾਰੇ ਸ਼ਹਿਰ 'ਚ ਪਾਣੀ ਦੀ ਸਮੱਸਿਆ, ਸਾਰੇ ਸ਼ਹਿਰ 'ਚ ਬਿਜਲੀ ਦੀ ਸਮੱਸਿਆ, ਕਾਨੂੰਨ ਵਿਵਸਥਾ ਡਗਮਗਾਈ ਪਈ ਹੈ, ਐਕਸਟੋਰਸ਼ਨ ਧੜੇ ਧੜਮ ਹੋ ਰਹੀ ਹੈ, ਸ਼ਰੇਆਮ ਕਤਲਗਾਹ ਬਣ ਗਿਆ ਪੰਜਾਬ ਸਾਰਾ। ਔਰ ਇਹ ਇਹਨਾਂ ਦਾ ਬੜਾ ਵੱਡਾ ਫੇਲੀਅਰ ਮੇਰਾ ਹੈ। ਤੇ ਇਹ ਕਹੂੰਗਾ, ਜਿਹੜਾ ਬੰਦਾ ਮੁੱਢਲੇ ਅਧਿਕਾਰ ਨਹੀਂ ਦੇ ਸਕਦਾ ਜਾਂ ਰੱਖ ਹੀ ਨਹੀਂ ਕਰ ਸਕਦਾ, ਉਹ ਤੋਂ ਕਿਸੇ ਚੀਜ਼ ਦੀ ਆਸ ਰੱਖਣਾ ਤੋਂ ਬੜਾ ਬਜ਼ੁਰਗ ਨਹੀਂ। ਵੋਟ ਬੈਂਕ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਇਸ ਇਲੈਕਸ਼ਨ ਦੇ ਵਿੱਚ, ਕਿੰਨੀ ਕੁ ਹੈ? ਕਿਸੇ ਨੂੰ ਨਹੀਂ ਕਰਨੀ ਚਾਹੀਦੀ, ਨਾ ਧਰਮ ਦੇ ਨਾਂ ਤੇ, ਨਾ ਜਾਤ ਦੇ ਨਾਂ ਤੇ, ਨਾ ਬਰਾਦਰੀ ਦੇ ਨਾਂ ਤੇ, ਮਨੁੱਖਤਾ ਦੇ ਨਾਂ ਤੇ ਰਾਜਨੀਤੀ ਕਰੋ। ਔਰ ਰਾਜਨੀਤੀ ਬਣੀ ਆ ਸਾਡੇ ਪਰਿਵਾਰਾਂ ਦੇ, ਸਾਡੇ ਸਮਾਜ ਦੇ, ਸਾਡੇ ਸ਼ਹਿਰਾਂ ਦੇ ਭਵਿੱਖ ਵਾਸਤੇ, ਸਾਡੇ ਆਉਣ ਵਾਲੇ ਬੱਚਿਆਂ ਦੀਆਂ ਪੀੜ੍ਹੀਆਂ ਵਾਸਤੇ, ਚੰਗਾ ਪੀੜ੍ਹੀ ਵਾਸਤੇ ਕੌਣ ਸੋਚ ਸਕਦਾ? ਦੂਰ ਅੰਦੇਸ਼ੀ ਸੋਚ ਕੌਣ ਰੱਖਦਾ ਆ? ਰਾਜਨੀਤੀ ਉਹਦੇ ਵਾਸਤੇ ਬਣੀ ਆ, ਨਾ ਕਿ ਇਹ ਕੋਈ ਮਤਲਬ ਤੁਹਾਡੀ ਕੋਈ ਹੈਂਕੜਬਾਜ਼ੀ ਜਾਂ ਕਹਿ ਲਓ, ਜਾਂ ਕੋਈ ਵਰਗਾਂ ਦੀ ਰਾਜਨੀਤੀ ਕਹਿ ਲਓ, ਜਾਂ ਧਰਮਾਂ ਦੀ ਰਾਜਨੀਤੀ ਕਰ ਲਓ, ਇਹ ਇਹਦੇ ਵਾਸਤੇ ਹੈ ਨਹੀਂ, ਨਾ ਇੱਥੇ ਸਾਡੇ ਸਮਾਜ 'ਚ ਕੋਈ ਜਗ੍ਹਾ, ਖਾਸ ਕਰ ਇਸ ਗੁਰੂ ਨਗਰੀ ਦੇ ਵਿੱਚ ਕੋਈ ਵਰਗਾਂ ਦੀ ਧਰਮਾਂ ਦੀ ਰਾਜਨੀਤੀ ਨੂੰ ਕਿਤੇ ਜਗ੍ਹਾ ਨਹੀਂ। ਔਜਲਾ ਨੇ ਹਮੇਸ਼ਾ ਹੀ 2 ਸਾਲ 2 ਵਾਰੀ ਆਪਣੀ ਚੋਣ ਨੂੰ ਜਿੱਤਿਆ, ਉਹਦਾ ਜਿੱਤ ਦਾ ਇਹੋ ਕਾਰਨ ਰਿਹਾ ਕਿ ਆਪਣੇ ਸਾਰਿਆਂ ਧਰਮਾਂ ਦੇ ਨਾਲ, ਸਾਰਿਆਂ ਮਜ਼ਹਬਾਂ ਦੇ ਨਾਲ ਉਹਨੇ ਉਹਦਾ ਸਾਥ ਲਿਆ, ਕਿ ਇਸ ਵਾਰੀ ਵੀ ਉਹ ਰਣਨੀਤੀ ਅਪਣਾਈ ਜਾਏ। ਦੇਖੋ, ਇਹ ਮੇਰਾ ਸਰੋਤ ਹੈ, ਜਦੋਂ ਹਰਿਮੰਦਰ ਸਾਹਿਬ ਜਾਈਦਾ ਮੇਰਾ ਸਰੋਤ ਹੈ, ਉਹਦੇ 4 ਦਰਵਾਜ਼ੇ ਮੇਰਾ ਸਰੋਤ ਹੈ, ਉਹਦੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੀ ਮੇਰਾ ਸਰੋਤ ਹੈ, ਮੈਂ ਬਿਲਕੁਲ ਉਸੇ ਹੀ ਚੱਲਣਾ ਆ ਔਰ ਉਸੇ ਮੁਤਾਬਕ ਹੀ ਸਾਰੀ ਰਾਜਨੀਤੀ ਆਪਣੀ ਉੱਥੇ ਕੇਂਦਰ ਕਰਨੀ।